ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਦੇ ਪ੍ਰੇਮ ਨਗਰ ਦੇ ਰਹਿਣ ਵਾਲੇ ਕੁਲਦੀਪ ਸਿੰਘ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸਦੀ ਬੀਵੀ ਦੁਆਰਾ ਉਸਦਾ ਕਤਲ ਕੀਤਾ ਗਿਆ ਹੈ ਅਤੇ ਇਸ ਨੂੰ ਖੁਦਕੁਸ਼ੀ ਦਾ ਰੂਪ ਦਿੱਤਾ ਗਿਆ ਹੈ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਂਜੀ, ਕੀ ਨਾਮ ਆ? ਕਵਲਜੀਤ ਸਿੰਘ। ਹਾਂਜੀ, ਕਿੱਥੇ ਰਹਿੰਦੇ ਹੋ? ਭਾਈ ਮੈਂ ਇੱਥੇ ਪ੍ਰੇਮ ਨਗਰ ਰਹਿੰਦੇ ਆਪਾਂ, ਕੋਟ ਖਾਲਸਾ। ਮੇਰਾ ਭਰਾ ਕਮਲਜੀਤ ਸਿੰਘ ਜਿਹਦਾ ਵਿਆਹ ਡਰਮਾ ਵਾਲੇ ਬਾਜ਼ਾਰ ਅਮਨਦੀਪ ਕੌਰ ਦੇ ਨਾਲ ਹੋਇਆ ਸੀ, ਸਪੁੱਤਰੀ ਕੁਲਦੀਪ ਸਿੰਘ। ਕਿੰਨੇ ਚਿਰ ਕਦੋਂ ਹੋਇਆ ਸੀ? 3 ਸਾਲ ਪਹਿਲਾਂ ਵਿਆਹ ਆਇਆ ਸੀ, 2016 ਸਾਲ 'ਚ। ਇਹਦੇ ਵਿੱਚ ਜਦੋਂ ਦਾ ਵਿਆਹ ਆਇਆ ਉਦੋਂ ਦਾ ਹੀ ਇਹ ਬੜਾ ਪਰੇਸ਼ਾਨ ਕਰਦੇ ਸੀ ਮੇਰੇ ਭਰਾ ਨੂੰ। ਇਹ ਬਿਨਾਂ ਗੱਲ ਤੋਂ ਹੀ ਨਜਾਇਜ਼ ਘਰੋਂ ਭੱਜਦੀ, ਬਿਨਾਂ ਦੱਸੋਂ ਪਿੱਛੋਂ ਅਸੀਂ ਘਰ ਨਹੀਂ ਹੁੰਦੇ ਅਤੇ ਘਰੋਂ ਨਿਕਲ ਜਾਂਦੀ ਹੁੰਦੀ ਸੀ। ਅਤੇ ਜਦੋਂ ਆਪਾਂ ਇਹਦੇ ਮਾਂ ਪਿਓ ਨੂੰ ਫੋਨ ਕਰਨਾ ਕਿ ਭਾਅ ਜੀ ਤੁਹਾਡੀ ਕੁੜੀ ਘਰੋਂ ਨਿਕਲ ਗਈ, ਅਤੇ ਇਹਦੇ ਮਾਂ ਪਿਓ ਸਾਨੂੰ ਉਲਟਾ ਅੱਗੇ ਧਮਕੀਆਂ ਦਿੰਦੇ ਸੀ ਵੀ ਅਸੀਂ ਜੇ ਤੁਹਾਡੀ ਕੁੜੀ ਨੂੰ ਕੁਛ ਹੈਗਾ ਆਪਾਂ ਤੁਹਾਨੂੰ ਛੱਡਣਾ ਨਹੀਂ ਹੈਗਾ, ਅਸੀਂ ਤੁਹਾਨੂੰ ਕਚਹਿਰੀ। ਅੱਜ ਕੀ ਹੈ? ਅੱਜ ਇਹ ਹੋਇਆ ਵੀ ਰਾਤੀ 23 ਤਰੀਕ ਨੂੰ ਰਾਤੀ 9:30 ਮੇਰੇ ਨਾਲ ਹੀ ਘਰ ਆਇਆ ਆ, ਅਤੇ ਘਰ ਆਉਂਦੇ ਹੀ ਉਹਨੇ ਲੜਾਈ ਪਾ ਕੇ ਬਹਿ ਗਈ ਨਿੱਕੀ ਜਿਹੀ ਗੱਲ ਤੋਂ। ਰਾਤ ਲਾ ਕੇ ਆਇਆ ਇਸੇ ਗੱਲ 'ਤੇ ਵੀ ਤੁਸੀਂ ਰਾਤਾਂ ਕਿਉਂ ਲਾਉਂਦੇ ਜੇ, ਅਤੇ ਉਹ ਜਦੋਂ ਘਰ ਅੰਦਰ ਗਿਆ ਅਤੇ ਕਮਰੇ ਵਿੱਚ ਬੜੀ ਨਮਾਜ਼ ਉੱਚੀ ਕਰ ਲਈ, ਅਤੇ ਅੱਧੇ ਘੰਟੇ ਬਾਅਦ ਮੈਨੂੰ ਆਵਾਜ਼ ਮਾਰੀ ਅਤੇ ਮੈਂ ਵੇਖਿਆ ਭਰਾ ਮੇਰਾ ਡੈਡ ਪਿਆ ਜੀ। ਮੈਨੂੰ ਪਤਾ ਨਹੀਂ ਮੈਂ ਕਿੱਦਾਂ ਮਰਿਆ, ਕਹਿੰਦੀ ਫਾਹ ਲੈ ਕੇ ਮਰਿਆ ਆ, ਫਾਹ ਲੈ ਕੇ ਕੋਈ ਮੈਨੂੰ ਕਿਤੇ ਨਹੀਂ ਲੱਗਿਆ ਹੈਗਾ, ਕਿਉਂਕਿ ਇਹਨੇ ਆਪੇ ਪਹਿਲਾਂ ਕਹਿੰਦੀ ਮੈਂ ਆਪੇ ਲਾ ਲਿਆ ਥੱਲੇ। ਜਿਹੜਾ ਬੰਦਾ ਲਮਕਿਆ ਹੋਵੇ ਜਨਾਨੀ ਇਕੱਲੀ ਨਹੀਂ ਲਾ ਸਕਦੀ ਹੈਗੀ, ਨਾ ਕੋਈ ਇਹਦੇ ਗੱਲ 'ਚ ਕੱਪੜਾ ਹੈਗਾ ਸੀ, ਨਾ ਉਹਦੇ ਗੱਲ 'ਤੇ ਕੋਈ ਨਿਸ਼ਾਨ ਹੈਗੇ ਸੀ। ਅਤੇ ਇਹ ਚਾਹੁੰਦੇ ਮੈਨੂੰ ਲੱਗਦਾ ਵੀ ਇਹਨਾਂ ਨੇ ਕੋਈ ਚੀਜ਼ ਦੇ ਕੇ, ਕੋਈ ਖਾਣੇ ਵਿੱਚ ਕੋਈ ਚੀਜ਼ ਦੇ ਕੇ ਇਹਨੇ ਮਾਰ ਦਿੱਤਾ ਗਿਆ ਆ। ਇਹਦੇ ਪਰਿਵਾਰ ਦਾ ਸਾਰਿਆਂ ਦਾ ਹੱਥ ਹੈਗਾ ਵਿੱਚ, ਇਹ ਖੜਾ ਛਡਾਉਣਾ ਚਾਹੁੰਦੇ ਸੀ ਹਲਕੋ ਇੱਦਾਂ ਹੀ, ਇਹ ਕਿਸੇ ਤਰ੍ਹਾਂ ਸਾਡਾ ਮੈਂ ਵੀ ਇਹ ਛੱਡ ਦੇਣ ਸਾਡੀ ਕੁੜੀ ਨੂੰ। ਕੀ ਮੰਗ ਕਰਦੇ ਹੋ? ਉਹਦਾ ਸਾਰਾ ਸਰੀਰ ਨੀਲਾ ਹੋਇਆ ਪਿਆ ਸੀ। ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਵੀ ਕਿਹਨੂੰ ਕਹਿੰਦੇ ਆ, ਕੁੜੀ ਅਤੇ ਉਹਦੇ ਪਰਿਵਾਰ 'ਤੇ, ਸਾਰੇ ਪਰਿਵਾਰ 'ਤੇ ਕਾਰਵਾਈ ਕੀਤੀ ਜਾਵੇ, ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਸਾਡਾ ਭਰਾ ਜਿਹੜਾ ਗਿਆ ਆ ਉਹ ਜ਼ਿੰਦਗੀ 'ਚ ਵਾਪਸ ਨਹੀਂ ਮੁੜਨਾ ਹੈਗਾ, ਅਤੇ ਅਸੀਂ ਚਾਹੁੰਦੇ ਹਾਂ ਅਤੇ ਪਰਿਵਾਰ 'ਚ ਸਖ਼ਤ ਤੋਂ ਸਖ਼ਤ ਕਾਰਵਾਈ, ਇਹਨਾਂ ਨੂੰ ਪਤਾ ਲੱਗੇ ਕਿਸੇ ਨੂੰ ਕਿੱਦਾਂ ਤੰਗ ਕੀਤਾ ਜਾਂਦਾ ਆ। ਅਤੇ ਭਾਅ ਜੀ, ਮੇਰਾ ਭਾਂਜਾ ਮੇਰਾ ਮੇਰੇ ਕੋਲ ਕੰਮ ਕਰਦਾ ਸੀ। ਕੀ ਨਾਂ ਸੀ ਦਾ? ਭਾਂਜੇ ਦਾ? ਮੇਰਾ ਜਗਜੀਤ ਸਿੰਘ। ਅਤੇ ਮੇਰੀ ਫੈਕਟਰੀ ਕੰਮ ਕਰਦਾ, ਇੱਕ ਦਿਨ ਸਾਡੇ ਘਰ ਆ ਲੈਂਦਾ ਸੀ। ਕੱਲ੍ਹ ਉਹ ਘਰ ਗਿਆ, 8 ਵਜੇ ਪੂਰਾ ਬੜਾ ਹੱਸਦਾ ਖੇਡਦਾ ਗਿਆ, ਕੋਈ ਗੱਲਬਾਤ ਨਹੀਂ। ਅਤੇ ਮੈਨੂੰ ਰਾਤੀ 11:30 ਵਜੇ ਫੋਨ ਆਇਆ ਕਿ ਆਹ ਕੰਮ ਹੋਇਆ, ਅਸੀਂ ਉਸਲੇ ਇਹਨਾਂ ਨਾਲ ਭੱਜੇ ਗਏ। ਉੱਥੇ ਜਾ ਕੇ ਅਸੀਂ ਮਹਿਸੂਸ ਕੀਤਾ ਕਿ ਇਹਨੇ ਫਾਹ ਨਹੀਂ ਲਾਇਆ, ਇਹਦੀ ਹੱਤਿਆ ਕੀਤੀ ਹੋਈ ਹੈ। ਕੀ ਤਾਂ ਲੱਗਦਾ ਵੀ ਲੜਦੇ ਝਗੜਦੇ ਪਿੰਡੇ ਰਹਿੰਦੇ ਹਰ ਲਈ, ਬਣਦੀ ਤਾਂ ਇਹਨਾਂ ਦੇ ਹੈ ਨਹੀਂ, ਅਤੇ ਰਾਤੀ ਵੀ ਇਹਨਾਂ ਦਾ ਇਹੋ ਝਗੜਾ ਆ ਜਾਂਦਾ। ਉਹ ਥਾਣੇ ਇਹ ਪੱਤੇ ਘਰੋਂ ਭੱਜ ਗਈ ਸੀ, ਮੁੜ ਕੇ ਇਹਦੇ ਘਰ ਦੇ ਮਾਂ ਪਿਓ ਨੂੰ ਘਰ ਛੱਡ ਕੇ ਭੱਜ ਗਈ, ਆਹ ਭੱਜ ਗਈ, ਬਾਹਰੋਂ ਛੱਡ ਕੇ ਭੱਜ ਗਈ। ਪਤਾ ਵੀ ਸਬੂਤ ਦਿੰਦਾ। ਕੀ ਮੰਗ ਕੀ ਕਰਦੇ ਖਿਲਾਫ? ਮੰਗ ਇਹਨਾਂ ਜੋ ਵੀ ਆ ਬਣਦੀ ਕਾਨੂੰਨੀ ਕਾਰਵਾਈ ਪੂਰੀ ਕੀਤੀ ਜਾਵੇ। ਠੀਕ ਹੈ, ਮਾਮਲਾ ਇਹਦੇ ਵਿੱਚ ਪਹਿਲਾਂ ਅਜੇ ਅਸੀਂ ਕਾਰਵਾਈ 177 ਦੀ ਕਰ ਰਹੇ ਹਾਂ। ਜੋ ਵੀ ਉਹ ਆਪਣੇ ਪੋਸਟਮਾਰਟਮ ਦੀ ਰਿਪੋਰਟ ਆਊਗੀ ਉਹਦੇ ਮੁਤਾਬਕ ਜਿਹੜੀ ਬਣਦੀ ਕਾਰਵਾਈ ਹੋਊਗੀ। ਕੀ ਸਰ ਬਿਆਨਾਂ 'ਚ ਦੱਸਿਆ ਕਿ ਇਹਨਾਂ ਕੀ ਹਲਾਈ ਹੈ? ਬਿਆਨ 'ਚ ਇਹਨਾਂ ਦਾ ਦੋਨਾਂ ਜੀਆਂ ਦਾ ਡਿਸਪਿਊਟ ਹੈ, ਇਹਨਾਂ ਮੁਤਾਬਕ ਇਹ ਵੀ ਕੰਮ ਪਰੇਸ਼ਾਨ ਸੀ ਇਹਨਾਂ ਚੀਜ਼ਾਂ ਦਾ। ਬਾਕੀ ਜਿਹੜੇ ਹੁਣ ਮੌਤ ਦੇ ਕਾਰਨ ਆ ਉਹ ਤਾਂ ਹਾਲਾਤਾਂ ਤੋਂ ਸਰ ਕੀ ਦੱਸਿਆ ਗਿਆ? ਮੌਕੇ ਜਾ ਕੇ ਵੇਖਿਆ ਕਿ ਕੋਈ ਪੱਖੇ ਲੜਕੇ ਜਾਂ ਕੀ ਸੀ ਮਾਮਲਾ? ਪੱਖੇ ਨਾਲ ਸਾਡੇ ਹੁੰਦਿਆਂ ਲਟਕਿਆ ਨਹੀਂ ਸੀ, ਇਹਨਾਂ ਲਾ ਕੇ ਅਤੇ ਦੂਸਰੇ ਕੀ ਆਪਾਂ ਕਹਿੰਦੇ ਉਹਨੂੰ ਕਮਰੇ ਲੌਬੀ 'ਚ ਮੰਜੇ 'ਤੇ ਲੰਮੇ ਪਾਇਆ ਸੀ, ਅਸੀਂ ਨਾ ਟੰਗਿਆ ਨਹੀਂ ਦੇਖਿਆ। ਅਤੇ ਸਰ ਕੀ ਲਾ ਲੜਕੇ ਦਾ? ਕਿੰਨੀ ਉਮਰ ਹੈਗੀ? ਲੜਕੀ ਦੀ? ਲੜਕੇ ਦਾ ਨਾਂ ਕਮਲਜੀਤ ਸਿੰਘ, ਉਮਰ ਇਹਦੀ 30 ਸਾਲ। ਅਤੇ ਸਰ ਉਹਦੀ ਵਾਈਫ ਵੀ ਆਇਆ ਅਰੈਸਟ ਕੀਤਾ? ਨਹੀਂ। ਅਤੇ ਕੀ ਆਪਣੀ ਜਾਂਚ ਕੀਤੀ ਜਾ ਰਹੀ ਹੈ ਸਰ? ਹਾਂਜੀ, ਕੀ ਜਾਂਚ ਕੀਤੀ ਜਾ ਰਹੀ ਆਪਣੇ ਵੱਲੋਂ? ਜਾਂਚ ਕਰਾਂਗੇ, ਇਹਨਾਂ ਦੇ ਕਾਰਨ ਲੱਭਾਂਗੇ ਵੀ ਮੌਤ ਦੇ ਕੀ ਕਾਰਨ, ਜੇ ਕੋਈ ਹੋਊਗਾ ਇਹੋ ਜਿਹਾ ਸਾਹਮਣੇ ਆਊਗਾ ਮਾਮਲਾ ਬਣਦੀ ਕਾਰਵਾਈ ਸਿੰਘ ਅਫਸਰ ਨੂੰ ਉੱਥੇ ਜਾ ਕਰਾਂਗੇ।